ਮਿਲਾ ਸੁਮ ਅਲਹਮਦੁਲਿਲਾ ਸਾਡੀ ਮਿਹਨਤ ਰੰਗ ਲਾਈ ਔਰ ਇੱਕ ਕੰਮ ਸਾਡਾ ਜਿਹੜਾ ਨਾ ਸਾਨੂੰ ਖਾਬ ਵੀ ਕੋਈ ਨਾ ਸਾਡਾ ਆਟੋਮੈਟਿਕਲੀ ਹੋ ਗਿਆ ਹੋਇਆ ਐ ਰਿਹਾ ਜੀ ਮਾਸ਼ਾਅੱਲਾ ਸਾਡਾ ਦੂਸਰਾ ਸਰਪ੍ਰਾਈਜ਼ ਹੁੰਡਾ ਸੀਡੀ 70 ਮਾਸ਼ਾਅੱਲਾ ਮਾਨ ਰਹੀਮ ਅਸਲਾਮ ਅਲੈਕੁਮ ਕੀ ਹਾਲ ਨੇ ਸਾਰੇ ਭੈਣਾਂ ਭਾਈਆਂ ਦੇ ਅੱਲਾ ਦੇ ਸ਼ੁਕਰ ਅਸੀਂ ਵੀ ਬਿਲਕੁਲ ਠੀਕ ਠਾਕ ਹਾਂ ਅਸੀਂ ਦੁਆ ਕਰਨੇ ਹਾਂ ਕਿ ਸਾਡੇ ਭੈਣ ਭਾਈ ਜਿੰਨੇ ਕੁ ਦੇਖਾਂ ਹਮੇਸ਼ਾ ਖੁਸ਼ ਰਹਿਣ ਆਬਾਦ ਰਹਿਣ ਉਹ ਹਮੇਸ਼ਾ ਹੱਸਦੇ ਮੁਸਕਰਾਉਂਦੇ ਰਹਿਣ ਔਰ ਜੋ ਲੋਕ ਬੇ ਔਲਾਦ ਨੇ ਅੱਲਾ ਪਾਕ ਉਹਨਾਂ ਨੇਕ ਔਰ ਸਾਲੇ ਔਲਾਦ ਤਾ ਫਰਮਾਵੇ ਜੋ ਲੋਕ ਬੇਰੋਜ਼ਗਾਰ ਉਹਨਾਂ ਨੂੰ ਨੇਕ ਤਜਬ ਰੋਜ਼ਗਾਰ ਤਾ ਫਰਮਾਵੇ ਅੱਲਾ ਪਾਕ ਔਰ ਜੋ ਲੋਕ ਬਿਮਾਰ ਨੇ ਅੱਲਾ ਪਾਕ ਉਹਨਾਂ ਨੂੰ ਸਿਹਤ ਤੰਦਰੁਸਤੀ ਦੇਵੇ ਆਮੀਨ ਸੁਮਾਮੀ ਇਸ ਦੁਆ ਦੇ ਨਾਲ ਅੱਜ ਦੇ ਵਲੌਗ ਦਾ ਆਗਾਜ਼ ਕਰਨੇ ਅੱਜ ਦਾ ਵਲੌਗ ਸਾਡਾ ਕਾਫੀ ਲੇਟ ਸ਼ੁਰੂ ਹੋ ਰਿਹਾ ਕਿਉਂਕਿ ਸਵੇਰ ਅਸੀਂ ਤਕਰੀਬਨ ਕੋਈ ਵਲੌਗ ਸ਼ਲੌਗ ਨਹੀਂ ਬਣਾਇਆ ਕੰਮ ਕਾਰ ਦੇ ਸਿਲਸਿਲੇ ਕਾਫੀ ਜ਼ਿਆਦਾ ਬਿਜ਼ੀ ਰਹੇ ਹਾਂ ਇਸ ਕਰਕੇ ਔਰ ਦੂਸਰਾ ਤੁਹਾਨੂੰ ਦਿਖਾਉਂਦੇ ਹਾਂ ਮੰਮਾ ਦਲੀ ਦੀ ਤਬੀਅਤ ਜਿਹੜੀ ਨਾ ਇਤਨੀ ਜ਼ਿਆਦਾ ਨਾਸਾਜ਼ ਹੋਈ ਪਈ ਹੈ ਨਾ ਕਿ ਤੁਹਾਨੂੰ ਕੀ ਦੱਸੀ ਹੈ ਵੇਖੋ ਕਿਤਨੀ ਜ਼ਿਆਦਾ ਸੋਜ ਚੜ ਗਈ ਹੋਈ ਹੈ ਤੁਸੀਂ ਦੋਨੋਂ ਸਾਈਡਾਂ ਦੇਖ ਸਕਦੇ ਹੋ ਉਹ ਸਾਈਡ ਬਿਲਕੁਲ ਨੋਰਮਲ ਹੈ ਇਹ ਸੋਜ ਕਾਫੀ ਚੜੀ ਪਈ ਹੈ ਔਰ ਇਸ ਸਾਈਡ ਤੇ ਵੀ ਇਹ ਵੀ ਵੇਖੋ ਮੂੰਹ ਦੇ ਉੱਤੇ ਜਿੰਨੇ ਕਹਿ ਪਿੰਪਲ ਜੇ ਇਹ ਤਾਂ ਤਕਰੀਬਨ ਨੋਰਮਲ ਜਿਹਾ ਨਾ ਅਤੇ ਬਾਕੀ ਹੈ ਜਿਹੜੇ ਨਾ ਇਹ ਜ਼ਿਆਦਾ ਵਿਗੜ ਗਏ ਨੇ ਬਹਰਹਾਲ ਬੱਚਾ ਹੈ ਔਰ ਅਕੇਲਾ ਵੀ ਹੈ ਕੀ ਬੰਦਾ ਇਹਨੂੰ ਆਖ ਸਕਦਾ ਨਾ ਇਹਦੇ ਨਾਲ ਲੜ ਸਕਦਾ ਨਾ ਇਹਨੂੰ ਜ਼ਬਰਦਸਤੀ ਕਰ ਸਕਦਾ ਬਹਰਹਾਲ ਜਿੱਦਣ ਦਾ ਇਹ ਇਹਦੇ ਉੱਤੇ ਗਿਰਿਆ ਨਾ ਪਾਣੀ ਜਾਂ ਉਸ ਤੋਂ ਬਾਅਦ ਮੈਂ ਇਹਨੂੰ ਜਾਣ ਨਹੀਂ ਦਿੱਤਾ ਉਸ ਪਾਸੇ ਅਤੇ ਲਿਆਜ਼ਾ ਹੁਣ ਅੱਜ ਅਸੀਂ ਚੱਲੇ ਹਾਂ ਇਹਦੀ ਦਵਾਈ ਲੈਣ ਕਾਫੀ ਜ਼ਿਆਦਾ ਇਹਨੂੰ ਜਿਹੜਾ ਨਾ ਦਰਦ ਹੁੰਦਾ ਰਿਹਾ ਪਹਿਲੇ ਦੁਪਹਿਰ ਟਾਈਮ ਥੋੜ੍ਹੀ ਦੇਰ ਸੌਂਦਾ ਫਿਰ ਉੱਠ ਖਲੋਂਦਾ ਰੋ ਕੇ ਫਿਰ ਸੌਂ ਜਾਂਦਾ ਹੁਣ ਜਿਹੜਾ ਨਾ ਕਮੀਜ਼ ਵੀ ਨਹੀਂ ਪਾਉਣ ਦਿੰਦਾ ਪਿਆ ਇਹਨੂੰ ਆਖਿਆ ਵੀ ਚਲੋ ਬੁਨੈਣ ਜਿਹੜਾ ਨਾ ਉਹ ਪਾ ਲਵੇ ਤਾਂ ਕਿ ਇਹਦੇ ਨਾਲ ਇਹਨੂੰ ਕੋਈ ਫਰਕ ਪੈ ਸਕੇ ਅਤੇ ਚਲੀਏ ਹੁਣ ਦਵਾਈ ਲੈ ਆਈਏ ਠੀਕ ਹੈ ਨਾ ਅਤੇ ਇਹ ਕੋਈ ਸ਼ਾਇਦ ਪਾ ਲਾ ਜਾਂ ਸ਼ਰਟ ਪਾ ਲਾ ਜਾਂ ਕਮੀਜ਼ ਪਾ ਲਾ ਇਹ ਸ਼ਰਟ ਪਾ ਲਾ ਨਹੀਂ ਤਾਂ ਠੀਕ ਹੈ ਨਾ ਨਾਲੇ ਤਾਂ ਮੰਮਾ ਦਲੀ ਦੀ ਦਵਾਈ ਲੈ ਆਉਂਦੇ ਹਾਂ ਔਰ ਨਾਲੇ ਇੱਕ ਹੋਰ ਕੰਮ ਲਈ ਜਾ ਰਹੇ ਹਾਂ ਅੱਲਾ ਕਰੇ ਉਹ ਵੀ ਹੋ ਜਾਵੇ ਸਾਡਾ ਉਹ ਵੀ ਤੁਹਾਨੂੰ ਦਿਖਾਵਾਂਗੇ ਇਨਸ਼ਾਅੱਲਾ ਅਗਰ ਸਾਡਾ ਹੋ ਗਿਆ ਤਾਂ ਪਹਿਲੇ ਚੱਲਦੇ ਹਾਂ ਮੰਮਾ ਦਲੀ ਨੂੰ ਦਵਾਈ ਲੈ ਕੇ ਦਿੰਦੇ ਹਾਂ ਅਤੇ ਬਾਕੀ ਉਸ ਕੰਮ ਦਾ ਵੀ ਪਤਾ ਕਰਾਂਗੇ ਇਨਸ਼ਾਅੱਲਾ ਉਹ ਅਗਰ ਹੋ ਗਿਆ ਤਾਂ ਫਿਰ ਤੁਹਾਨੂੰ ਬਾਅਦ ਚੋਂ ਇਨਸ਼ਾਅੱਲਾ ਵੀ ਖਾਵਾਂਗੇ ਚੱਲਦੇ ਹਾਂ ਦਵਾਈ ਸਵਾਈ ਲੈ ਕੇ ਅਤੇ ਫਿਰ ਉਸ ਤੋਂ ਬਾਅਦ ਤੁਹਾਡੇ ਨਾਲ ਮਿਲਦੇ ਹਾਂ ਸ਼ਹਿਰ ਅਸੀਂ ਪਹੁੰਚੇ ਹਾਂ ਔਰ ਡਾਕਟਰ ਜਿਹੜਾ ਨਾ ਅਜੇ ਤੱਕ ਤਕਰੀਬਨ ਨਹੀਂ ਆਇਆ ਤਕਰੀਬਨ 4 ਵਜੇ ਆਉਂਦੇ ਨੇ ਡਾਕਟਰ ਨੇ ਆਉਣਾ ਔਰ ਟਾਈਮ ਤਕਰੀਬਨ ਹੋ ਚੁੱਕਿਆ 3 ਵੱਜ ਗਏ ਅਤੇ 35-36 ਮਿੰਟ ਅਤੇ ਸਾਹਮਣੇ ਜਿਹੜਾ ਨਾ ਡਾਕਟਰ ਦੀ ਹੈਗੀ ਆ ਫੈਜ਼ਾਨ ਫਾਰਮੈਸੀ ਦੇ ਨਾਲ ਜਿਹੜਾ ਨਾ ਮਤਲਬ ਇਹ ਕਲੀਨਿਕ ਹੈਗੀ ਇਹ ਪੀਜ਼ਾ ਹੋਟ ਵਾਲਿਆਂ ਦੇ ਨਾਲ ਡਾਕਟਰ ਇਸ਼ਤਿਆਕ ਸਾਹਮਣੇ ਤੁਹਾਨੂੰ ਨਜ਼ਰ ਆ ਰਿਹਾ ਹੋਣਾ ਇੱਥੋਂ ਅਸੀਂ ਦਵਾਈ ਲੈਂਦੇ ਹੁੰਦੇ ਹਾਂ ਕਿਉਂਕਿ ਕਾਫੀ ਜਿਹੜਾ ਨਾ ਸਪੈਸ਼ਲਿਸਟ ਹੈਗਾ ਔਰ ਟਾਈਮ ਤਕਰੀਬਨ 20-25 ਮਿੰਟ ਸਾਨੂੰ ਅਜੇ ਇੰਤਜ਼ਾਰ ਕਰਨਾ ਪਾਉਣਾ ਇਸ ਵਾਸਤੇ ਅਸੀਂ ਜਿਹੜਾ ਨਾ ਇਸ ਸਕੂਲ ਦੀ ਦੀਵਾਰ ਦੇ ਸਾਹਮਣੇ ਆ ਕੇ ਬਹਿ ਗਏ ਹੋਰ ਤਕਰੀਬਨ ਕੋਈ ਏਰੀਆ ਨਹੀਂ ਹੈਗਾ ਬਹਿਣ ਫਲੋਰ ਨੂੰ ਦਵਾਈ ਸਵਾਈ ਲੈ ਕੇ ਅਤੇ ਫਿਰ ਜਿਹੜਾ ਨਾ ਚੱਲਦੇ ਹੈਗਾ ਔਰ ਮੁਹੰਮਦ ਅਲੀ ਨੇ ਆਈਸ ਕ੍ਰੀਮ ਲਈ ਆ ਇਹ ਵੇਖੋ ਖਾ ਰਿਹਾ ਬਹਿ ਕੇ ਇੱਕ ਕੱਪ ਅਸਾਂ ਵੀ ਲਿਆ ਉਹ ਵੀ ਆਸਿਆ ਤੱਕ ਖਾ ਰਿਹਾ ਤਾਂ ਮੈਂ ਖਾ ਰਿਹਾ ਹੋਇਆ ਡਾਕਟਰ ਉਹ ਆਇਆ ਕੋਈ ਨਹੀਂ ਹੁਣ ਜਿਹੜਾ ਨਾ ਅਸੀਂ ਸਿਵਲ ਹਸਪਤਾਲ 'ਚ ਆ ਗਿਆ ਐਮਰਜੈਂਸੀ ਇੱਥੋਂ ਇਹਨੂੰ ਜਿਹੜਾ ਦਵਾਈ ਲੈ ਦਿੰਦੇ ਕਿਉਂਕਿ ਉਹਨਾਂ ਦਾ ਟਾਈਮ ਪਤਾ ਨਹੀਂ ਕਿਸ ਟਾਈਮ ਆਵੇ ਕਿਸ ਟਾਈਮ ਨਹੀਂ ਲੇਕਿਨ ਹੁਣ ਜਿਹੜਾ ਨਾ ਅਸੀਂ ਇੱਥੋਂ ਸਿਵਲ ਇੱਥੋਂ ਲੈ ਕੇ ਦਵਾਈ ਦਿੰਦੇ ਹਾਂ ਦਵਾਈ ਵਗੈਰਾ ਜੀ ਲੈ ਕੇ ਮੰਮਾ ਦਲੀ ਦੀ ਤਿਲ ਆ ਗਿਆ ਇੱਥੇ ਮੰਮਾ ਦਲੀ ਜੀ ਖਾ ਰਿਹਾ ਵੀ ਟੀਕਾ ਕਿੱਥੇ ਲੱਗਿਆ ਔਰ ਬਾਕੀ ਅਲਹਮਦੁਲਿਲਾ ਸੁਮ ਅਲਹਮਦੁਲਿਲਾ ਸਾਡੀ ਮਿਹਨਤ ਰੰਗ ਲਾਈ ਔਰ ਇੱਕ ਕੰਮ ਸਾਡਾ ਜਿਹੜਾ ਨਾ ਸਾਨੂੰ ਖਾਬ ਵੀ ਕੋਈ ਨਾ ਸਾਡਾ ਆਟੋਮੈਟਿਕਲੀ ਹੋ ਗਿਆ ਹੋਇਆ ਉਹ ਕਿਹੜਾ ਕੰਮ ਹੈ ਉਹ ਤੁਹਾਨੂੰ ਪਹਿਲੇ ਦਿਖਾਉਂਦੇ ਹਾਂ ਉਸ ਤੋਂ ਬਾਅਦ ਜਿਹੜਾ ਕੰਮ ਅਸੀਂ ਆਪ ਖੁਦ ਆਇਆ ਸੀ ਨਾ ਉਹ ਅਸੀਂ ਬਾਅਦ ਵਿੱਚ ਕਰਨੇ ਹਾਂ ਅਗਰ ਅੱਲਾ ਕਰੇ ਤਾਂ ਉਹ ਵੀ ਹੋ ਜਾਵੇ ਸਾਡਾ ਅਤੇ ਸਾਨੂੰ ਯਾਨੀ ਕਿ ਨਾ ਪੇਮੈਂਟ ਯੂਟਿਊਬ ਦੀ ਆਉਣੀ ਆਈ 28 ਤਾਰੀਖ ਤੱਕ ਅਤੇ ਅੱਜ ਹੈ ਤਕਰੀਬਨ 24-25 ਤਾਰੀਖ ਹੈ ਅਲਹਮਦੁਲਿਲਾ 24 ਤਾਰੀਖ ਨੂੰ ਸਾਨੂੰ ਤਕਰੀਬਨ ਸਾਰਿਆਂ ਤੋਂ ਪਹਿਲੇ ਪੇਮੈਂਟ ਰਿਸੀਵ ਹੋ ਗਈ ਲੇਕਿਨ ਕਟੌਤੀ ਜਿਹੜੀ ਨੂੰ ਕਾਫੀ ਸਾਰੀ ਹੋਈ ਹੈ ਅਤੇ ਕਿਤਨੀ ਰਿਸੀਵ ਹੋਈ ਹੈ ਉਹ ਸਭ ਤੋਂ ਪਹਿਲੇ ਅਸੀਂ ਤੁਹਾਨੂੰ ਦਿਖਾਉਂਦੇ ਹਾਂ ਅਤੇ ਬਾਅਦ ਵਿੱਚ ਦੂਸਰਾ ਕੰਮ ਜਿਹੜਾ ਨਾ ਅੱਲਾ ਕਰੇ ਅਤੇ ਹੁਣ ਸਾਡਾ ਉਹ ਵੀ ਈਜ਼ਲੀ ਹੋ ਜਾਵੇ ਲਓ ਜੀ ਅਲਹਮਦੁਲਿਲਾ ਸੁਮ ਅਲਹਮਦੁਲਿਲਾ ਇਹ ਸਾਡੀ ਹੈਗੀ ਜੀ ਪੇਮੈਂਟ ਅਤੇ ਆਸੀਆ ਇਹ ਜਿਹੜੀ ਹੈ ਨਾ ਤਕਰੀਬਨ ਇੱਥੇ ਸੱਟੀ ਜਾਸੀ ਦੁਬਾਰਾ ਅਤੇ ਤੁਸੀਂ ਗਿਣੀ ਜਾਵੇ ਆ ਲਓ ਜੀ ਆਸੀਆ ਸੱਟੀ ਜਾਂਦੀ ਤੁਸੀਂ ਗਿਣੀ ਜਾਣਾ ਜਿਹੜੇ ਬੈਨ ਬਾਈ ਨੇ ਵੀਡੀਓ ਪੂਰੀ ਦੇਖੀ ਉਹ ਹੀ ਦੱਸੇਗਾ ਕਿ ਕਿਤਨੇ ਹੈਗੇ ਕਾਊਂਟ ਅਸੀਂ ਨਹੀਂ ਕਰਨੇ ਤੁਸੀਂ ਖੁਦ ਹੀ ਕਾਊਂਟ ਕਰਨੇ ਨੇ ਇਹ ਚੈੱਕ ਕਰ ਸਕਦੇ ਹੋ ਮਾਸ਼ਾਅੱਲਾ ਅਲਹਮਦੁਲਿਲਾ ਸੁਮ ਅਲਹਮਦੁਲਿਲਾ ਯਾ ਅੱਲਾ ਤੇਰਾ ਲੱਖਾਂ ਕਰੋੜਾਂ ਵਾਰੀ ਸ਼ੁਕਰ ਹੈ ਯਾ ਅੱਲਾ ਪਾਕ ਤੇਰਾ ਸ਼ੁਕਰ ਹੈ ਤੇ ਇਹ ਸਭ ਤੁਹਾਡੇ ਭੈਣ ਭਾਈਆਂ ਦੀ ਨੂੰ
सपोर्ट नाल बिल्कुल ये सारा क्रेडिट सारे बहन भाइयों नूं जांदा है क्योंकि तुसी इतनी सानूं सपोर्ट ना करदे अज पेमेंट जी ना बस बैंक पहुंचे उथे जाक पता किया पेमेंट मिल गई हुण चलने चल के दूसरा काम करने वीडियो ही पता चल जाएगा ते सारे पैसे कलेक्ट कर ते चलिए जाके ना दूसरे काम जेड़े आए हैं अल्लाह करे तो भी हो जाए बाकी वो किस तरीके नाल असी करना है वो भी तुहानू अगे चल के वीडियो पता चलेगा चलिए हुण तुहानू दस दे चलिए कि ये पेमेंट सानू हर महीने मतलब रिसीव नहीं होंदी पिछली पेमेंट सानू 6 महीने या 7 महीने की हुई सी रिसीव क्योंकि व्यूज़ के हिसाब न आती है पेमेंट अगर व्यूज़ साढ़े तकरीबन 1 महीने च 1 लाख तो उपर आ जाते हैं तकरीबन 1.5 लाख 1.25 लाख तो उपर आ जाते हैं तो फिर सानू हर महीने मतलब रिसीव हो सकती है अगर इस थोड़े होंगे तो फिर नहीं मतलब है कि हूँ भी मतलब सानू 4 to 5 महीन बाद जी है ना ये पेमेंट रिसीव हुई है अलहमदुल्ला लेकिन अल्लाह पाक का लख लख शुक्र है चलो कुछ ना कुछ मेहनत साड़ी तो रंग लै आई बाकी अगला स्टैप की है वो चल के तुहानू अगर पता चलेगा अलहमदुल्ला घर असी वापस आ गए मम्मा दली रह गया उत्थे क्योंकि असी फिर दोबारा जरा जाना है जाके ना मज जोनी है फिर दुध भी लैके आना और दूसरा सरप्राइज साडा तुहानू दिखाने हैं जी दिल थाम के देखना ऐ रहा जी माशाल्लाह साडा दूसरा सरप्राइज होंडा CD70 माशाल्लाह अलहमदुल्ला क्या बात है आसिया हूँ तो खुश हो जा है आसिया और तुहानू इंदे बारे तसली नाल दसदा चलना बहरहाल मोटरसाइकिल जी ना हर तरह तू हर लिहाज तू बिल्कुल ओके A1 है नंबर शंबर जी लग्या होया ठीक है ना बाकी इन्हों यानी कि ना 3 टोटियां च असी लिया है एक हिस्सा असी तकरीबन दे सटिया और 2 हिस्से मजीद इन्हें देने ने क्योंकि असी इतों गया से मैं चल कि भाई को पैसे को लेने लेकिन असी पहले सोचा कि बैंक जाके पता कर लें पेमेंट साड़ी आई है या नहीं आई लेकिन अलहमदुल्ला पेमेंट साड़ी आ गई हुई आई तो उदू मतलब सानू थोड़े बहुते लेने पे आ 35,000 रुपया 36 जी ना यूट्यूब की पेमेंट आ गई आई बाकी को थोड़े बहुते पा के 55,000 रुपये जरा ना इंता पे करता है 1,05,000 रुपया असी मजीद इंता 90 दिन पे करना ठीक हो गया ना और तुहानू मैं तसली नाल विखांदा चलना है चेक करो जरा बिल्कुल A1 है चली भी इतनी कोई नहीं है 1 हाथ की चली हुई है और 2,329 किलोमीटर जी ना मोटरसाइकिल चली हुई है समझो कि बिल्कुल न्यू ही है ते और समझो कि कोई भी चीज़ है ना कोई भी बंदा कर्जा लेंदा या किसी तरह का कोई नेक नीति नाल काम करता है ना मिसाल तौर पर कर्जा ही लै लो तो उन्होंने नेक नीति नाल मतलब लिया जाए ना कि बंदे दिल च होवे कि मैं यह वापस करना है तो उनके वास्ते अल्लाह पाक मदद करता है इंशाल्लाह अल्लाह पाक ने चाहे तो ये 90 दिन के जड़े ना ये भी कंप्लीट हो जाएंगे ये समझ लो कि 2 महीने सानू अगर अच्छे व्यू आ जाते हैं ना 2 पेमेंटा साड़िया यूट्यूब वालू अच्छिया बन जाती है तो साडा यह कर्जा भी इंशाल्लाह उतर जाएगा बहर अल्लाह का भरोसा है इंशाल्लाह ये भी लाया जाएगा क्योंकि ये लैनी मेरे वास्ते समझो कि ना एक मजबूरी आएगी ए वेख लो भाई मोहम्मद अली लैके जाना ना दवाई लैन ते ओ दूसरा बच्चा तो स्टूडेंट है दोनों बच्चे यानी कि स्टूडेंट हैं और उन्हां दी मोटरसाइकिल हैगी वो कदे मिलती है कदे नहीं मिलती है इस वजह तू करके मैं आखिया चलो जिस तरह भी करके ना ये एक बार जरा ना मतलब है कि पाड़ा पटिए तो फिर बाकी काम सारे बाद होंगे रहनगे बहरहाल अगे चल के भी इंशाला जरा ना कोई मेहनत मुहनत करके इंशाल्लाह 90 दिनों के अंदर ये जरा ना कंप्लीट करना और तुम दसदा चलना पिछली जी मोटरसाइकिल साड़ी यानी कि ना चोरी हो गई वो रोड प्रिंस आएगी तो तुहानू सामने स्क्रीनशॉट भी नज़र आ रहा होगा और ये अलहमदुल्ला काफ़ी एक्सपेंसिव तो है नकदा च लवी है तो इतने की तकरीबन मिलती है और सानू मतलब है कि थोड़ा जहा टाइम मिल गया अगर साढ़े को नकद आते तो इन तकरीबन सानू पैने 1,45,000 रुपया बहरहाल कोई नहीं 1,60,000 रुपये
15,000 रुपए का फर्क यानी कि पिया, लेकिन वो उतना सानू नंबर का यानी कि पैसे देने पैने, नंबर के पैसे हूँ नहीं देने पैने, नंबर शंबर अलहमदुल्ला लगा हुआ, जिस टाइम पेमेंट हो जाएगी उनके कागजात वगैरह भी सानू मिल जाएंगे, एक रसीद बकायदा उन्होंने वैसे सबूत के तौर दिती है सानू। बाकी तुसी दसो कैसा लग्या तुहानू इह साडा सरप्राइज, क्योंकि असी इत्थों मतलब एक पक्की गल थान के नहीं गए से कि असी लाजमी लैके आनी, ये तो उत्ते जाके पता चले कि अलहमदुल्ला साडी पेमेंट भी आई हुई है ते साडे सारे काम जिहड़े ने उह सिद्धे हो गए ने, शुक्र अलहमदुल्ला रब दा लाख लाख शुक्र है अल्लाह की ते पेमेंट आ गई है सोर तक। हां जी बहरहाल जरूर तुसी दसना कमेंट करके कि आज दी वीडियो साड़ी कैसी लगी, और ये दोनों ही सरप्राइज आन समझो कि यूट्यूब पेमेंट आला भी और ए आला भी, यूट्यूब पेमेंट साड़ी आनी आए 28 तरीक नू, हर बंदे दी मतलब हर यूट्यूबर दी 27-28 नू आउंदी, सानू पता ही कोई नहीं चलिया गया, हाँ सानू पता ही कोई नहीं चलिया, तो अलहमदुल्ला साड़ी पेमेंट आ गई है। बहरहाल बहरहाल अज दे जड़ा ना साडा व्लॉग हुंदा है इत्थे एंड, इंशाल्लाह नेक्स्ट वीडियो च होवेगी मुलाकात, दियो इजाजत, अल्लाह हाफिज, अल्लाह सोने दे, अल्लाह निगेबान, अल्लाह सोने दे।